ਦਾ ਟਿਕਟ ਦਾ ਵੀ ਲੈਣੀ ਹੈ। पान, मीठा पान 30 रुपए का, 50 रुपए का मीठा पान कोई भी खा सकता है, बच्चा बूढ़ा जवान। बच्चा खाएगा जवान हो जाएगा, बूढ़ा खाएगा पहलवान हो जाएगा। आइए, यूपी की मिठाई आ गई है। आइए, कंपनी का प्रचार है, आप लोगों को फायदा है। मीठा पान की निगाहें नाश करती है, पलकों पे आस आने पर रंगीला जान दे सकता है आपके, ना पान ना खा ले। चांदनी बादलों में लच्चे लच्चे उस पान को खाक हो गए सब दीवाने अच्छे अच्छे। क्यों ना जाओ मेरा दिल तोड़ कर, यूं चला जाऊंगा तुम्हारा शहर छोड़ कर। ये मेरा मीठा पान आओ खाने, बड़ा टेस्टी मीठा पान, डिस्काउंट के साथ मीठा, टेस्टी मीठा पान। सत श्रीकाल जी, मैं बूटा सिंह लद्दड़। घड़ी घड़ी च फर्क हों, जगत आईया बेशुमाल घड़ियां, जुदा करा सज्जणा नूं विछड़े यार मिलाउण घड़ियां। अज पहुंच गए असीं इंडियन कार्निवल मेले दे विच, जदों गलबात करावांगे साडे नाल लाडी वर्मा जी मौजूद ने। हाँ जी, तुहाडा स्वागत साडे चैनल दे विच। बहुत वधिया जी। हाँ, एक कहिंदा जो यार दोस्त मिलदे ने मेलियां दे विच, मिलदे ने मेले अजकल पंजाब च बड़े घटदे जांदे ने। अज इंडियन कार्निवल मेला खन्ने विच लगे, गलबात करदे आ रहे लाडी जी मौजूद है। जी लाडी जी, किन्ने चिर दा तजर्बा जी अपना? 24 साल हो गए जी काम करते, 25 साल हो गए है। साडी विरासत है, पंजाब दी विरासत है मेले। असली अहीं मतलब 12 महीने रेगुलर चल रहे हैं जी, एक शहर दूजे शहर च, यूपी च, दिल्ली, हिमाचल, J&K, पंजाब, सारा हर जगह कार्निवल लगाने। हफ्ते का पीरियड आउंदा कि ज्यादा भी आउंदा? नहीं, इहदा पीरियड जी हफ्ते का स्टॉल करन नूं लग जांदा जी, एक जगह ते 20 दिन चलाई दे, 20 तो 30 दिन, 20 तो 22 दिन। ਕੰਨੇ ਵਿੱਚ ਕਿੰਨੇ ਦਿਨ ਹੋ ਗਿਆ ਜੀ ਆਪਾਂ ਨੂੰ? ਕੰਨੇ ਜੀ ਤਕਰੀਬਨ ਸਾਨੂੰ ਅੱਜ 12 ਦਿਨ ਹੋ ਗਏ ਆ ਜੀ। ਹਾਂਜੀ, ਕਿਦਾਂ ਕਿਦਾਂ ਰਿਸਪੌਂਸ ਮਿਲਦਾ ਪਿਆ ਹੁਣ? ਬਹੁਤ ਅੱਛਾ, ਪਬਲਿਕ ਇੰਜੋਏ ਕਰ ਰਹੀ ਹੈ ਜੀ, ਬੱਚੇ ਮਜ਼ਾ ਕਰ ਰਹੇ ਆ ਪੂਰਾ। ਹਾਂਜੀ, ਪਬਲਿਕ ਨੂੰ ਪੂਰਾ ਫਨ ਹੋ ਰਿਹਾ ਵਾ, ਆਪਣਾ ਟਾਈਮ ਪਾਸ ਹੁੰਦਾ ਹੈ। ਇੱਕ ਵਾਰ ਕੋਈ ਆਂਦਾ ਨੂੰ 2-3 ਘੰਟੇ ਆਰਾਮ ਨਾਲ ਉਹਦਾ ਟਾਈਮ ਪਾਸ ਹੋ ਜਾਂਦਾ ਹੈ ਜੀ। ਇੱਕ ਮੋਬਾਈਲ ਤੋਂ ਵੀ ਬੱਚਿਆਂ ਦਾ ਖੜਾ? ਹਾਂ, ਮੋਬਾਈਲ ਤੋਂ ਸਭ ਤੋਂ ਵੱਡੀ ਗੱਲ ਹੈ ਜੀ, ਮੋਬਾਈਲ ਚੜ ਕੇ ਥੋੜੇ ਸੋਸ਼ਲ ਹੋਏ ਬੱਚੇ, ਥੋੜਾ ਇੱਕ ਦੂਜੇ ਨੂੰ ਮਿਲਦੇ ਆ, ਗਿਲਦੇ ਆ, ਥੋੜਾ ਇਸ ਹਿਸਾਬ ਨਾਲ ਚੱਲਦਾ ਹੈ ਜੀ। ਇੱਥੇ ਆਈਟਮ ਕਿਹੜੀ ਕਿਹੜੀ ਲੈ ਕੇ ਆਉਂਦੀ ਹੈ? ਆਈਟਮ ਖੁਰਜਾ ਦੀ ਹੈ ਜੀ, ਇਹ ਸਾਰਾ ਮਿੱਟੀ ਦੇ, ਚੀਨੀ ਦੇ ਬਰਤਨ ਹੈ। ਇਸ ਪਾਸੇ ਥੱਲੇ ਪਾਸੇ ਇਹਨਾਂ ਦੀ ਸਾਰੀ ਆਈਟਮ ਤੇ ਕੱਪਸ ਹੈ। ਇੱਧਰ ਇਹ ਨਵੀਂ ਆਈਟਮ ਆਈ ਹੈ ਜੀ, ਗਲਾਸਿਸ ਦੇ ਵਿੱਚ। ਅੱਛਾ ਜੀ, ਇੱਧਰਲੇ ਪਾਸੇ ਇਹ ਸਾਰਾ ਇੰਡੀਅਨ ਹੀ ਮਾਲ ਹੈ, ਬਾਹਰ ਮਾਲ ਇੰਡੀਅਨ ਹੈ ਜੀ, ਯੂਪੀ ਜੀ ਤਿਆਰ ਹੁੰਦਾ ਹੈ। ਉਹ ਬੰਦੇ ਵੀ ਸਪੈਸ਼ਲ ਯੂਪੀ ਤੋਂ ਹੈ ਜੀ। ਅੱਛਾ ਜੀ, ਹਾਂ ਇਹ ਹੀ ਕੰਮ ਕਰਦੇ ਹੈ ਜੀ। ਅੱਛਾ, ਸਪੈਸ਼ਲ ਇਹ ਹੀ ਕੰਮ ਕਰਦੇ, ਇਸੇ ਕੰਮ, ਇਸੇ ਕੰਮ ਨੂੰ ਐਕਸਪਰਟ ਹੈ, ਇਸੇ ਕੰਮ ਨੂੰ ਕਰਦੇ। ਇਹਨਾਂ ਨੂੰ ਬਹੁਤ ਸਾਲ ਹੋ ਗਏ ਆ ਸਾਡੇ ਨਾਲ ਜੁੜੇ।
छोटे होंगे नेचुरल ही चीज लाइक करते ਜਿਵੇਂ ਚੰਡੋਲ ਵਗੈਰਾ ਵੀ ਬੜੇ ਵੀ ਲੱਗੇ ਹੋਏ ਨੇ ਛੋਟੇ ਬੱਚਿਆਂ ਵਾਸਤੇ ਹਰ ਤਰ੍ਹਾਂ ਦੇ ਬੰਦੇ ਨੂੰ ਦੇਖਣ ਲਈ ਰੱਖਿਆ ਹੋਇਆ ਸਿਸਟਮ ਹਰ ਕੋਈ ਖੁਸ਼ ਹੋਏ ਨੀ ਕਿ ਇੱਕ ਜਣਾ ਖੜਾ ਦੇਖਦਾ ਰਹੇ ਇੱਕ ਜਣਾ ਝੂਟੇ ਲੈਂਦਾ ਰਹੇ ਏਦਾਂ ਦਾ ਕੋਈ ਸਿਸਟਮ ਨਹੀਂ ਹੈ ਹਰ ਕੋਈ ਫਨ ਕਰ ਸਕਦਾ ਆਪਣਾ ਹਾਂਜੀ ਇੱਕ ਦੇਖਿਆ ਨਾ ਮੇਲਿਆਂ ਦੇ ਵਿੱਚ ਜਿਵੇਂ ਕਹਿੰਦੇ ਜਿੰਨੇ ਪਬਲਿਕ ਵੀ ਜ਼ਿਆਦਾ ਆਉਂਦੀ ਆ ਇੱਥੇ ਪ੍ਰਬੰਧ ਕਿੱਦਾਂ ਦਾ ਕਰਿਆ ਹੋਇਆ ਪ੍ਰਬੰਧ ਜੀ ਦੇਖੋ ਦੋ ਟਾਈਮ ਸਫਾਈ ਹੁੰਦੀ ਹੈ ਜੀ ਸਾਡਾ ਆਪਣੇ ਸੀਸੀਟੀ ਕੈਮਰੇ ਲੱਗੇ ਹੋਏ ਆ ਜੀ ਹਰ ਜਗ੍ਹਾ ਤੇ ਉਸ ਤੋਂ ਬਾਅਦ ਆਪਣਾ ਫਾਇਰ ਸਿਸਟਮ ਆਪਣਾ ਵਾ ਸਿਲੰਡਰ ਸਾਡੇ ਕੋਲ ਆਪਣੇ ਆ ਜੀ ਹਾਂਜੀ ਸਿਕਿਉਰਿਟੀ ਲਈ 24 ਆਵਰ ਸਿਕਿਉਰਿਟੀ ਹੈ ਪਲੱਸ ਬੌਂਸਰ ਲਗਾਉਂਦੇ ਆ ਜੀ ਹਾਂਜੀ ਪਲੱਸ ਪਬਲਿਕ ਲਾਇਬਿਲਟੀ ਦੀ 50 ਲੱਖ ਦੀ ਇੰਸ਼ੋਰੈਂਸ ਕਰਾਉਂਦੇ ਆ ਜਦੋਂ ਬੰਦਾ ਕੋਈ ਅੰਦਰ ਐਂਟਰ ਕਰ ਗਿਆ ਮੇਲੇ ਦੇ ਵਿੱਚ ਉਹ ਇੰਸ਼ੋਰਡ ਹੋ ਗਿਆ ਜੀ ਹਾਂਜੀ ਜਿੰਨਾ ਚਿਰ ਇਹ ਮੇਲਾ ਚੱਲੇਗਾ ਉਹਨਾਂ ਚਿਰ ਇੰਸ਼ੋਰੈਂਸ ਰਹੇਗੀ ਜੀ ਜਿਹੜੀਆਂ ਕਿਨੇ ਕੈਮਰੇ ਸੀਸੀਟੀ ਕੈਮਰੇ ਹਰ ਜਗ੍ਹਾ ਲਾਏ ਹੋਏ ਨੇ ਹਰ ਜਗ੍ਹਾ ਲੱਗੇ ਹੋਏ ਜੀ ਤਕਰੀਬਨ 20 ਦੇ ਕਰੀਬ ਕੈਮਰੇ ਲੱਗੇ ਹੋਏ ਆ ਜੀ ਸਟੋਲਾਂ ਵੀ ਸੁਖਮਾ ਇੱਥੇ ਕਾਫੀ ਲੱਗੀ ਹੋਈਆਂ ਨੇ ਹਾਂਜੀ ਰੌਣਕ ਕਾਫੀ ਹੈ ਜੀ ਲੋਕੀ ਇੰਜੋਏ ਕਰ ਰਹੇ ਆ ਪਰਚੇਜ਼ਿੰਗ ਕਰ ਰਹੇ ਆ ਐਗਰੀ ਜਿਹੜਾ ਆਪਣੇ ਕਹੇ ਸ਼ਾਪਿੰਗ ਵਾਲਾ ਵੀ ਹਾਂਜੀ ਇਹ ਬੱਚਿਆਂ ਦੇ ਸਾਰੇ ਸਾਰਾ ਸ਼ਾਪਿੰਗ ਦਾ ਹੀ ਹੈ ਜੀ ਸਾਰਿਆਂ ਦਾ ਮਿਕਸ ਹੈ ਜੀ ਇੱਧਰ ਜਿਹੜੇ ਆ ਪੰਜਾਬੀ ਚਾਟੀ ਜਿਹਾ ਮਧਾਣੀ ਜਲੇਬੀ ਖਾਣੇ ਲੋਕੀ ਸੱਭਿਆਚਾਰ ਦੇ ਢੋਲਦੇ ਜਾਂਦੇ ਉੱਤੇ ਪੰਜਾਬੀ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਸਾਡੇ ਪੰਜਾਬ ਦਾ ਕਲਚਰ ਹੈ ਬਹੁਤ ਜ਼ਰੂਰੀ ਹੈ ਇਹ ਸਪੈਸ਼ਲ ਜੁੱਤੀਆਂ ਲਾਈਆਂ ਨੇ ਸਪੈਸ਼ਲ ਇਹ ਪਟਿਆਲੇ ਤੋਂ ਆਉਂਦੇ ਆ ਜੀ ਹਾਂਜੀ ਪਟਿਆਲੇ ਤੋਂ ਕੰਮ ਕਰਦੇ ਜੁੱਤੀਆਂ ਦਾ ਸਪੈਸ਼ਲ ਇਹੀ ਕੰਮ ਹੈ ਇਹਨਾਂ ਦਾ ਸਪੈਸ਼ਲਿਸਟ ਐਸੀ ਮਾਸਟਰ ਹੈ ਸਪੈਸ਼ਲ ਜੁੱਤੀ ਪਟਿਆਲੇ ਤੋਂ ਆ ਰਹੀ ਹੈ ਪਟਿਆਲੇ ਤੋਂ ਆ ਰਹੀ ਹੈ ਹਾਂਜੀ ਸਭ ਪਟਿਆਲੇ ਦਾ ਮਾਲ ਹੈ ਜੀ ਪਟਿਆਲੇ ਦੀ ਤਿਆਰ ਹੁੰਦੀ ਹੈ ਉਸ ਤੋਂ ਲੈਂਦੇ ਸਭ ਕੁਝ ਆ ਗਿਆ ਹੈ ਜੁੱਤੀ ਆ ਚੱਪਲ ਆ ਸੈਂਡਲ ਆ ਸਲੀਪਰ ਸਭ ਕੁਝ ਹੈ ਅਸੀਂ ਖੁਦ ਤਿਆਰ ਕਰਦੇ ਹਾਂ ਅਸੀਂ ਖੁਦ ਤਾਰੇ ਕਰ ਰਹੇ ਹਾਂ ਸਪੈਸ਼ਲ ਪਟਿਆਲੇ ਤੋਂ ਇੱਥੇ ਆਏ ਹਾਂ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਮੇਲਾ ਸਭ ਤੋਂ ਵਧੀਆ ਲੱਗਿਆ ਥੈਂਕ ਯੂ ਹਾਂਜੀ ਮੈਡਮ ਜੀ ਕਿੱਥੋਂ ਆਏ ਜੀ ਅਸੀਂ ਜੀ ਮੰਡੀ ਤੋਂ ਮੰਡੀ ਕੋਲੇ ਕਿੱਦਾਂ ਲੱਗੇ ਤੁਹਾਨੂੰ ਇੰਡੀਅਨ ਕਾਰ ਦੇ ਨਾਲ ਮੇਲਾ ਬਹੁਤ ਸੋਹਣੀਆਂ ਆ ਜੁੱਤੀਆਂ ਪਸੰਦ ਆਈਆਂ ਹਾਂਜੀ ਹਾਂਜੀ ਬਹੁਤ ਸੋਹਣੀਆਂ ਨੇ ਹਾਂਜੀ ਅੱਜ ਕੱਲ ਪੰਜਾਬੀ ਜੁੱਤੀ ਦੇ ਪੈਸੇ ਘਟਦੀ ਜਾਂਦੀ ਹਾਂਜੀ ਹਾਂਜੀ ਪਰ ਬਹੁਤ ਵਧੀਆ ਹੈ ਕਿੱਥੋਂ ਆਏ ਜੀ ਅਸੀਂ ਜੀ ਗੋਇੰਦਗੜ੍ਹ ਤੋਂ ਮੰਡੀ ਅੱਛਾ ਸਪੈਸ਼ਲ ਗੋਇੰਦਗੜ੍ਹ ਤੋਂ ਹਾਂਜੀ ਹਾਂਜੀ ਚਲੋ ਥੈਂਕ ਯੂ ਜਿੱਥੇ ਜਿਆਦਾ ਪਬਲਿਕ ਹੁੰਦੀ ਉੱਥੇ ਜਿਆਦਾ ਕੈਮਰੇ ਲੱਗੇ ਹੁੰਦੇ ਜੀ ਹਾਂਜੀ ਹਾਂ ਕੈਮਰੇ ਹਰ ਜਗ੍ਹਾ ਹੈ ਹਰ ਜਗ੍ਹਾ ਹਰ ਇਵਨ ਪਾਰਕਿੰਗ ਤੱਕ ਬਾਹਰ ਤੱਕ ਸਭ ਕੈਮਰੇ ਹੈ ਐਂਟਰੀ ਗੇਟ ਤੇ ਐਗਜ਼ਿਟ ਗੇਟ ਤੇ ਸਭ ਜਗ੍ਹਾ ਕੈਮਰੇ ਇਹਦੇ ਵਿੱਚ ਝੂਲੇ ਆਏ ਨੇ ਆਪਣੇ ਹਾਂਜੀ ਝੂਲੇ ਆ ਕਿਹੜਾ ਕਿਹੜਾ ਝੂਲੇ ਦੇ ਵਿੱਚ ਇਹ ਬੋਟ ਹੈ ਕਿਸ਼ਤੀ ਕੰਦੇ ਨੂੰ ਨਾਪ ਵੀ ਕੰਦੇ ਆ ਪਰ ਜਿਹੜੀ ਇਹ ਕਿਸ਼ਤੀ ਲੱਗੀ ਹੈ ਸ਼ਾਇਦ ਹਿੰਦੁਸਤਾਨ 'ਚ ਦੋ ਤਿੰਨ ਹੋਣ ਕਿੱਡੀ ਵੱਡੀ ਇਹ ਕਿਸ਼ਤੀ ਹੈ ਜੀ ਐਡੀ ਵੱਡੀ ਕਿਸ਼ਤੀ ਬਹੁਤ ਰੇਅਰ ਆ ਕਿਸੇ ਕੋਲ ਹੈ ਝੂਲਾ ਵੈ ਅੱਛਾ ਬਣਿਆ ਹੋਇਆ ਵੈ ਅੱਗੇ ਬ੍ਰੇਕ ਡਾਂਸ ਹੈ ਉਸ ਤੋਂ ਅੱਗੇ ਬੱਚਿਆਂ ਲਈ ਬੌਂਸੀ ਹੈ ਕਟਰ ਪਿੱਲਰ ਹੈ ਇਹ ਛੋਟੇ ਬੱਚਿਆਂ ਦੀ ਰਾਈਡਸ ਹੈ ਛੋਟੇ ਛੋਟੇ ਬੱਚਿਆਂ ਲਈ 2 ਸਾਲ 3 ਸਾਲ 4 ਸਾਲ 5 ਸਾਲ ਦੇ ਬੱਚਿਆਂ ਲਈ ਉਹ ਮਿਕਸ ਹੈ ਜੀ ਜਿਹੜਾ ਜਿੱਦਾਂ ਇੰਜੋਏ ਕਰਨਾ ਚਾਹੁੰਦਾ ਵਾ ਉਸ ਤਰ੍ਹਾਂ ਦਾ ਸਿਸਟਮ ਹੈ ਜੀ ਇੱਕ ਜਿਹੜੀ ਪਿੱਛੇ ਦੀ ਘਟਨਾ ਵਾਪਰੀ ਜੀ ਝੂਲੇ ਤੋਂ ਡਰਦੇ ਪਏ ਨੇ ਕਈ ਲੋਕੀ ਆ ਇਹ ਝੂਲੇ ਤੋਂ ਡਰਦੇ ਪਿਛਲੀ ਵਾਰ ਜਿਹੜਾ ਬੰਦਾ ਗਿਰਿਆ ਸੀ ਉਹਨੂੰ ਮਿਲਿਆ ਸੀ ਜੀ ਦੋ ਤਿੰਨ ਵਾਰ ਮੇਲ ਹੋਇਆ ਕਹਿੰਦਾ ਵੀ ਮੈਂ ਕਿਸ਼ਤੀ ਤੇ ਸੀਗਾ ਮੇਰੇ ਕੋਲ ਗਲਤੀ ਹੋ ਗਈ ਮੈਂ ਉੱਪਰਲੇ ਪਾਸੇ ਖੜਾ ਹੋ ਗਿਆ ਹੱਥ ਫੜ ਕੇ ਖੜਾ ਹੋ ਗਿਆ ਬੰਦਾ ਇਸ ਚੀਜ਼ ਤੋਂ ਮੇਰੀ ਮਿਸਟੇਕ ਹੈ ਚਾਹੇ ਜਿੱਦਾਂ ਵੀ ਹੋਇਆ ਚਲੋ ਆਪਾਂ ਕਹਿੰਦੇ ਇਹ ਆਸਰ ਨਹੀਂ ਹੋਣਾ ਚਾਹੀਦਾ ਪਰ ਉਹਨੇ ਮੈਨੂੰ ਦੱਸਿਆ ਕਿ ਮੇਰੀ ਮਿਸਟੇਕ ਹੋਈ ਹੈ ਜੀ ਇੱਕ ਤੇ ਬਹੁਤ ਬੜੀ ਗੱਲ ਕੀ ਹੈ ਜੀ ਇੱਥੇ ਇੰਸ਼ੋਰੈਂਸ ਕੀਤਾ ਜਾਂਦਾ ਜਿਹੜਾ ਅੰਦਰ ਐਂਟਰੀ ਹੋ ਜਾਂਦਾ ਹਾਂਜੀ ਇੰਸ਼ੋਰ ਹੈ ਜੀ ਇਹ ਸਾਰੇ ਪਬਲਿਕ ਜਿਹੜੀ ਆ ਕੈਮਰੇ ਚੋਂ ਹੈ ਇਹ ਇੰਸ਼ੋਰੈਂਸ ਹੈ ਜੀ ਅੱਛਾ ਜਦੋਂ ਉਹਨੂੰ ਅੰਦਰ ਕੁਝ ਹੁੰਦਾ ਉਸ ਨੂੰ ਨੈਚੁਰਲੀ ਪਤਾ ਲੱਗਦਾ ਉਹ ਇੰਸ਼ੋਰਡ ਹੈ ਸਾਰੀਆਂ ਰਾਈਟਸ ਇੰਸ਼ੋਰਡ ਹੈ ਹਰ ਬੰਦਾ ਇੰਸ਼ੋਰਡ ਹੈ ਰਾਈਟਸ ਨੂੰ ਪੂਰਾ ਬਣਾ ਕਰੇ ਕੋਈ ਜਿਹੜੀ ਪ੍ਰੋਬਲਮ ਹੁੰਦੀ ਹੈ ਤੇ ਉਹਦੀ ਇੰਸ਼ੋਰੈਂਸ ਹੈ ਔਰ ਛੋਟੇ ਬੱਚਿਆਂ ਵਾਸਤੇ ਕਿਸ਼ਤੀਆਂ ਵੀ ਨਾਲ ਹੈ ਜੀ ਇਹ ਬੱਚੇ ਡਰ ਲੱਗਦਾ ਮਜ਼ਾ ਇੱਥੇ ਲੈ ਰਹੇ ਆ ਜੀ ਸ਼ੀਨਹਿਰ ਜਾਣ ਦੀ ਜਾਏ ਬੱਚੇ ਨੂੰ ਆਪਣਾ ਇੰਜੋਏ ਕਰ ਰਹੇ ਪਏ ਆ ਇਹਦੇ ਵਿੱਚ ਬਹੁਤ ਜ਼ਿਆਦਾ ਅੱਛਾ ਗਰਾਊਂਡ ਰਹਿੰਦਾ ਬੱਚਿਆਂ ਦਾ ਅੱਛੀ ਚੀਜ਼ ਹੈ ਛੋਟੇ ਬੱਚੇ ਹੁੰਦੇ ਨੇ 5 ਸਾਲ ਦੇ ਜਿਹੜੇ 7 ਸਾਲ ਦੇ ਬੱਚੇ ਹਾਂ ਬਸ 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 ਤੋਂ ਵੱਧ ਕਿਉਂਕਿ ਇਹ ਵੇਟ ਪਲਾਸਟਿਕ ਦੀਆਂ ਜਿੰਨਾ ਕੁ ਵੇਟ ਸਹਿ ਸਕਦੀਆਂ ਵਾ ਉਹਨੇ ਕੁ ਵੇਟ ਹੀ ਬਸ ਇਹਦੇ ਵਿੱਚ ਹੁੰਦਾ ਜੀ ਵੱਡੇ ਬੱਚੇ ਨਹੀਂ ਬੈਠ ਸਕਦੇ ਵੱਡੇ ਬੱਚੇ ਅਲੱਗ ਅਲੱਗ ਹੈ ਜੀ ਫਰੀਜ਼ ਅਕੋਰਡਿੰਗ
अलग अलग झूले है, पांच तो सात साल ये है, सात साल तो उपर ये है, जो वे उन्होंने अलग झूले है, हर तरह का मिक्स है। जिम्मे जो छोटे बच्चे ने जिम्मे छोटे बच्चे हो गए उन्होंने की उन्होंने छोटे राइड हाँ जी हाँ जी हेलीकॉप्टर है, बाकी एक साढ़े को ड्रैगन ट्रेन है, वो सारे कोई बैठ सकता है, चाहे वह दो महीने का बच्चा हो चाहे पचास साल का बुजुर्ग हो, बैठ सकता है, अपनी फैमिली इकट्ठी भी बैठ सकती है, वो हर कोई बैठ सकता है। ਜਿੱਦਾਂ ਕਿ ਉਹ ਪੰਜਾਬ ਆ, ਪੰਜਾਬ ਵਿੱਚ ਮੇਲਿਆਂ ਦੇ ਵਿੱਚ ਖਾਣ ਪੀਣ ਨੂੰ ਵੀ ਹੁੰਦਾ, ਉਹਦੇ ਖਾਣ ਪੀਣ ਦੀ ਕਿਹੜੀ ਕਿਹੜੀ ਸਟਾਲ ਆ? ਖਾਣ ਪੀਣ ਨੂੰ ਬਹੁਤ ਸਟਾਲ ਹੈ ਜੀ, ਬੇਲ ਪੂਰੀ ਹੈ, ਸਵੀਟ ਕੋਰਨ ਹੈ, ਗੋਲਾ ਹੈ, ਪੀਜ਼ਾ ਹੈ, ਉਸ ਤੋਂ ਇਲਾਵਾ ਹਰ ਤਰ੍ਹਾਂ ਦੀ ਆਈਟਮ ਅੱਛੀ ਲਗਾਈ ਹੋਈ ਹੈ ਆਪਾਂ, ਸਾਰੇ ਵੈਸ਼ਨੋ ਜੀ, ਨੋਨ ਵੈਜ ਦਾ ਕੋਈ ਕੰਮ ਹੀ ਨਹੀਂ ਜੀ, ਉਹਦੇ ਐਕਸਪਰਟ ਹੈ, ਉਹਨਾਂ ਨੂੰ ਬਹੁਤ ਬਹੁਤ ਸਾਲ, ਇਹਨਾਂ ਨੂੰ ਵੀ ਬਹੁਤ ਬਹੁਤ ਸਾਲ ਹੋ ਗਏ ਸਾਡੇ ਨਾਲ ਚੱਲਦੇ, ਪੁਰਾਣੀ ਚੱਲਦੀ ਹੈ, ਪੁਰਾਣੇ ਚੱਲਦੇ ਆ ਜੀ, ਜਿੰਨੇ ਵੀ ਹੈਗੇ ਨੇ ਆਪਣੇ ਵਰਕਰ ਨੇ ਸਾਰੇ ਪੁਰਾਣੇ ਨਾਲ ਹੀ ਸਾਡੇ ਚੱਲਦੇ ਆ ਜੀ, ਕਾਫੀ ਦੇਰ ਹੋ ਗਈ ਇਹਨਾਂ ਨੂੰ। ਸਾਰੇ ਤਜਰਬੇਕਾਰ ਬੰਦੇ ਨੇ? ਹਾਂ ਜੀ ਹਾਂ ਜੀ, ਬਿਲਕੁਲ ਤਜਰਬੇਕਾਰ ਹੈ ਜੀ, ਔਰ ਆਪਾਂ ਫੂਡ ਕੁਆਲਿਟੀ ਲਈ ਕੰਪਰੋਮਾਈਜ਼ ਨਹੀਂ ਕਰਦੇ ਜੀ, ਅਸੀਂ ਇਹ ਜ਼ਰੂਰ ਕਰਨੇ ਕਿ ਫੂਡ ਕੁਆਲਿਟੀ ਨਹੀਂ ਮਤਲਬ ਕਿਸੇ ਨੇ ਇੱਦਾਂ ਦੀ ਕਰਨੀ ਕਿ ਫੂਡ ਕੁਆਲਿਟੀ ਤਾਂ ਮਿਲ ਜੀ ਹੁੰਦੀ ਹੈ, ਖਵਾਤੀ ਉੱਦਾਂ ਦਾ ਕੋਈ ਸਿਸਟਮ ਨਹੀਂ ਹੈ। ਜਿੱਦਾਂ ਕਿ ਉਹਨੂੰ ਦੇਖਦੇ ਨੂੰ ਸੀਸੀਟੀਵੀ ਕੈਮਰੇ ਵੀ ਦੇਖਦੇ ਹੋਣਗੇ, ਜਿਹੜਾ ਵੀ ਅੰਦਰ ਐਂਟਰੀ ਕਰ ਜਾ 3 ਤੋਂ 4 ਘੰਟੇ ਅੰਦਰ ਰਹਿੰਦਾ ਹੀ ਰਹਿੰਦਾ ਜੀ, ਰਹਿੰਦਾ ਨੈਚੁਰਲੀ ਹੈ ਜੀ, 2-2.5 ਘੰਟੇ ਤਾਂ ਕਿਤੇ ਨਹੀਂ ਗਏ ਜੀ, ਕਿਉਂਕਿ ਘੁੰਮਣਾ ਫਿਰਨਾ ਸ਼ੋਪਿੰਗ ਕਰਨੀ ਦੁਕਾਨਾਂ ਦੇਖਣੀ ਇੰਨਾ ਟਾਈਮ ਆਰਾਮ ਨਾਲ ਲੱਗ ਜਾਂਦਾ ਜੀ, 2-2.5-3 ਘੰਟੇ ਆਰਾਮ ਨਾਲ ਲੱਗ ਜਾਂਦੇ ਆ ਜੀ। ਇੱਧਰ ਖੁੱਲਾ ਡੁੱਲਾ ਵੀ ਬਹੁਤ ਰੱਖਿਆ ਵੀ ਜਿਹਨੇ ਫੰਕਸ਼ਨ ਕਰਨਾ ਹੈ ਜੀ, ਹਾਂਜੀ, ਖੁੱਲੇ ਡੁੱਲੇ ਲੋਕੀ ਆਰਾਮ ਨਾਲ ਬੈਠ ਸਕਦੇ, ਘੁੰਮ ਸਕਦੇ ਆ, ਥੋੜਾ ਜਿਹਨ ਟਾਈਟਨੈਸ ਲੱਗੇ ਕਿਸੇ ਰੱਛ ਲੱਗੇ ਖੁੱਲਾ ਵੀ ਦੇਖ ਸਕਦਾ ਵਾ ਕਿ ਆਪਣਾ ਇੱਥੇ ਆ ਕੇ ਆਪਣਾ, ਜਿਵੇਂ ਛੋਟੇ ਬੱਚੇ ਦੀ ਗੱਲ ਕਰਦੇ ਛੋਟੀਆਂ ਜੀਪ ਹੈ ਜੀ, ਹਾਂਜੀ ਹਾਂਜੀ, ਇਹ ਜੀਪ ਹੈ ਜੀ, ਇਹਦਾ ਪਰੇਡ ਸਾਰਾ ਪਿੱਛੋਂ ਮੁੰਡਾ ਰਿਮੋਟ ਨਾਲ ਕਰਦਾ ਵਾ, ਫਿਰ ਬੱਚੇ ਨੂੰ ਇਹੀ ਲੱਗਦਾ ਕਿ ਮੈਂ ਚਲਾ ਰਿਹਾ, ਹਾਂ ਕਿਉਂਕਿ ਬੱਚੇ ਨੂੰ ਚਲਾਉਣੀ ਤਾਂ ਆਉਂਦੀ ਨਹੀਂ ਗੱਡੀ ਵਾਲੀ, ਉਹਦਾ ਪਰੇਡ ਉਹ ਮੁੰਡਾ ਲੜਕਾ ਕਰਦਾ ਵਾ ਰਿਮੋਟ ਨਾਲ ਕਰਦਾ, ਨਜ਼ਾਰੇ ਲੈਂਦੇ ਨੇ, ਨਜ਼ਾਰਾ ਲੈਂਦੇ ਜੀ, ਪੂਰਾ ਮਜ਼ਾ ਲੈਂਦੇ ਜੀ, ਬਦੀਰਪੁਰ ਤੋਂ। ਖਾਣ ਪੀਣ ਦੀ ਵੀ ਓਕੇ ਨੇ ਜੀ, ਦੋੜਾ ਬਰਫ ਵਾਲਾ। ਅੱਛਾ ਹਾਂਜੀ, ਚੇਤੇ ਆ ਗਿਆ ਮੈਨੂੰ ਪੰਜਾਬੀ ਸੱਭਿਆਚਾਰ ਪਹਿਲੇ ਮੇਲੇ ਫਾਦਰ ਸਾਹਿਬ ਦਿਖਾਉਂਦੇ ਸੀ, ਘਰ ਦਾ ਦਿਖਾਉਂਦੇ ਮੇਲੇ, ਚੇਤੇ ਆ ਗਏ ਭਾਜੀ, ਬਚਪਨ ਚੇਤੇ ਆ ਗਿਆ ਸਾਨੂੰ, ਆਪਣਾ ਖੁਦ ਦਾ ਬਚਪਨ ਚੇਤੇ ਆ ਗਿਆ ਜੀ, ਅੱਜ ਬੱਚਿਆਂ ਨੂੰ ਘੁੰਮਾਉਣ ਦਾ ਗਿਆ। ਹਾਂਜੀ ਹਾਂਜੀ, ਕੀ ਨਾਂ ਜੀ? ਕਿਰਤ। ਕਿਹੜੇ ਸਕੂਲੇ ਪੜ੍ਹਦੇ ਹੋ? ਲੇਡੀ ਲਾਰਡ। ਹਾਂਜੀ, ਕਿਵੇਂ ਲੱਗਿਆ ਤੁਹਾਨੂੰ ਉਰੇ ਆ ਕੇ? ਇੰਜੋਏ ਕੀਤਾ? ਕੀ ਚਲਾਇਆ ਸੀ? ਕਾਰ ਚਲਾਈ ਸੀ। ਕਿਵੇਂ ਲੱਗਿਆ? ਵਧੀਆ ਲੱਗਿਆ, ਨਿੱਚੂ ਲੱਗਾ, ਕਿਹੜਾ ਵਧੀਆ ਲੱਗਿਆ? ਕਿਹੜਾ ਵੱਡੇ ਵਾਲਾ ਛੋਟੇ ਵਾਲਾ? ਛੋਟਾ। ਮੇਲਾ ਬਹੁਤ ਵਧੀਆ, ਐ ਨਜ਼ਾਰੇ ਲੋਕ ਲੈ ਰਹੇ ਆ, ਮੇਲਾ ਵੇਲੀਆਂ ਦਾ ਜ਼ਿਆਦਾ ਵੇਲੀਆਂ ਦਾ, ਮੈਂ ਕਹਾ ਸਾਰੇ ਬੱਚੇ ਤੋਂ ਲੈ ਕੇ ਬਜ਼ੁਰਗ ਭਰਾ ਭੈਣ ਸਾਰੇ ਲੈ ਰਹੇ ਆ, ਬੜੇ ਆਨੰਦ ਲੈ ਰਹੇ ਆ, ਬੜਾ ਮਤਲਬ ਸਾਨੂੰ ਵੀ ਵਧੀਆ ਲੱਗ ਰਿਹਾ ਕਿਉਂਕਿ ਰਸ਼ ਪੂਰਾ ਪੈ ਰਿਹਾ ਜੀ, ਸਿਸਟਮ ਬਹੁਤ ਵਧੀਆ, ਦੇਖੋ ਤੁਸੀਂ ਕੈਮਰੇ ਲੱਗੇ ਆ 25-26 ਕੈਮਰੇ ਲੱਗੇ ਆ, ਕਿਤੇ ਵੀ ਕੋਈ ਇਸ ਤਰ੍ਹਾਂ ਦਾ ਹੁਣ ਤੱਕ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਈ, ਔਰ ਬਹੁਤ ਅੱਛੇ ਤਰੀਕੇ ਨਾਲ ਸਿਸਟਮ ਸਾਰਾ, ਸਫਾਈ ਬਹੁਤ ਹੈ, 2 ਟਾਈਮ ਬਿਲਕੁਲ ਸਫਾਈ ਕਰਦੇ ਹੈ। ਅੱਛਾ, ਮੇਲੇ 'ਚ ਜਿਹੜੀ ਦੁਕਾਨਾਂ ਆਈਆਂ ਉਹ ਵੀ ਬਹੁਤ ਵਧੀਆ ਬੰਦੇ ਨੇ, ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈਗੀ, ਜਿਹੜਾ ਵੀ ਆਉਂਦਾ ਜੀ ਅਸੀਂ ਜੀ ਆਖਦੇ ਹਾਂ ਸਭ ਨੂੰ, ਉਹ ਬੜੇ ਪ੍ਰੇਮ ਨਾਲ ਲੋਕ ਇੰਜੋਏ ਕਰ ਰਹੇ ਹੈ। ਛੋਟੇ ਬੱਚੇ ਵੀ ਆਉਂਦੇ ਹੁੰਦੇ ਮੇਲਿਆਂ ਦੇ ਵਿੱਚ, ਜਿਹੜੇ ਬੱਚਿਆਂ ਦੇ ਜ਼ਿਆਦਾ ਕੰਮ ਹੁੰਦਾ? ਹਾਂ, ਬਹੁਤ ਬੱਚੇ ਆ ਰਹੇ, ਬਜ਼ੁਰਗ ਵੀ ਆਉਂਦੇ ਹੋਣੇ, ਬਿਲਕੁਲ, ਛੋਟੇ ਬੱਚੇ, ਬਜ਼ੁਰਗ ਬੱਚੇ ਸਾਰੇ ਇੰਜੋਏ ਕਰ ਰਹੇ ਹੈ, ਦੇਖੋ ਬੱਚੇ ਵੀ ਹੈਗੇ ਆ, ਛੋਟੇ ਛੋਟੇ ਬਜ਼ੁਰਗ ਵੀ ਹੈਗੇ ਆ, ਆ ਇੱਕ ਗੱਲ ਦੇਖੀਏ, 2 ਦਿਨ ਦੇ ਵਿੱਚ ਜਿੰਨੇ ਵੀ ਝੂਲੇ ਨੇ ਸਾਰੇ ਭਰੇ ਹੋਏ ਨੇ। ਹਾਂ, ਵੀ ਰੌਣਕ ਮੇਲਾ ਝੂਲੇ ਤੇ ਵੀ ਦੇਖਦਾ ਪਿਆ, ਦੇਖੋ ਅੱਜ ਠੀਕ ਹੈ, ਸੰਡੇ ਨੂੰ ਬਹੁਤ ਰਸ਼ ਹੁੰਦਾ, ਸੰਡੇ ਨੂੰ ਅਸੀਂ ਫਿਰ ਜ਼ਿਆਦਾ ਸਟਾਫ ਵੀ ਜਿਹੜਾ ਹੈਗਾ ਸਟਾਫ ਲੱਗਦਾ, ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ, ਪੁਲਿਸ ਵੀ ਹੁੰਦੀ ਹੈ, PCR ਵੀ ਹੁੰਦੀ ਹੈ, ਕਿ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਸੇ ਨੂੰ, ਕਿਉਂਕਿ ਇੱਕ ਵੀ ਕੋਈ ਗੱਲ ਹੋਵੇ ਤਾਂ ਅਗਲਾ ਕਹਿੰਦਾ, ਅਸੀਂ ਚਾਹੁੰਦੇ ਕਿ ਜੋ ਵੀ ਹੈ ਡਿਸਿਪਲੀਨ ਹੋਵੇ, ਸਾਰੇ ਐਨ ਤਰੀਕੇ ਨਾਲ ਹੋਵੇ, ਕੰਮ ਹੋ ਰਿਹਾ, ਹਰ ਚੀਜ਼ ਮਿਲ ਰਹੀ ਹੈ ਉਰੇ।
खान पीन का समान, खान पीनेदारी का समान। हाँ अगले अगले भुख लगता है, अगर गेड़ा करके आता भुख खा लेंद फिर चक्की चलिया जाता है। हाँ बड़ी इंजॉय कर रहे हैं लोग, थैंक यू। अच्छा लगा आपको? अच्छा लगा मेला? अच्छा लगा? वेरी गुड। देखो बच्चे खुश है। कैसे हो बच्चे? इधर आओ, इधर आओ। कैसे हो आप? कैसे हो? ठीक हो? मेला कैसा लगा? अच्छा लगा। कौन सी चीज बढ़िया लगी? अच्छा है यार, अच्छा रात को कौन सा अच्छा लगा? झूला आपको अच्छा लगा? ऐसे बोलो अच्छा है। कौन सा अच्छा लगा? और आइटम देखो, डिमांड है, डिमांड तो इन्होंने दोबारा बुलाई है। डिमांड से कि पीजा नहीं है, जब इन्हें डिमांड भी पूरी कर देने नाल दी ओह आइटम दी डिमांड होती है ना, जब आ जाती है। देखो अजे भी जगह अपने को खाली है, अजे भी कई काउंटर आने हैं। आज कल 24 काउंटर लगने वाले हैं, पूरी तैयारी है। और ये तो बेलपुरी भी है, बेलपुरी आ जाओ जी, बेलपुरी है। देखो ये बंदे बिहार तो आए हैं, ये रहने वाले बिहार तो नहीं, बेलपुरी मेले के साथ ना बिल्कुल आए रहते हैं। पूरी तैयारी करके नाल ही आ देखो जी, मक्की दे जेड़े हैगे आ दाने, बुजुर्ग भी ले सकता है, बच्चा भी ले सकता है। आ देखो ये बुजुर्ग भी खा सकता है, जवान भी ले सकता है, आया आपा भी ले लेने। आ देखो गोले है, गर्मियों का बड़ा तोहफा, बहुत बड़ा तोहफा है गर्मियों का तोहफा। हाँ लोग सब तो पुरानी है, बहुत पुरानी जड़े मिलने जा मिलती थी पहले। हाँ मिलते पहले कुल्फियां नहीं होती थी, पहले मैंने गोला ही बिकते, गोला ही लेते थे तैयार करा दिया। बहुत बढ़िया, खन्ना वासियों को बेनती है, खन्ना वासियों को बेनती है कि खुश हो आओ, करो खुश होके जाओ, नजारे लो, आप खुश रहो, बच्चों को खुश रखो। बच्चों को मोबाइल तो दूर होना चाहिए क्योंकि जो मोबाइल है बच्चों को डिस्टर्ब कर रहा। आप खन्ना वासियों को बेनती करते हैं कि पद तो पद इतने लेके बच्चों को आओ, बच्चे इंजॉय कर नाले तुसी भी करो, और मोबाइल तो थोड़ा जोड़ा हैगा और पीछा हटूगा, मोबाइल तो बचत बच्चे बचने, बीमार नहीं होंगे, परेशान नहीं। कोई गल कर दे देख ला भाई, जोड़ मेरी घर दी देखो, अपना मित्र बेचारा साढ़े नाल दूर जाने दे नारे रहा, बढ़िया मुंडा सब। की करदा है अज्ज? ਕੀ ਕਰਦਾ ਹੋ ਦੱਸੋ? ਕਿੱਥੇ ਆਇਓ? ਮੇਲੇ ਚ ਆਇਓ? ਕਿਵੇਂ ਲੱਗਿਆ ਬੇਟਾ? ਵਧੀਆ ਲੱਗਿਆ? ਇੰਜੋਏ ਕੀਤਾ? ਹਾਂਜੀ ਬੱਚੇ ਇੰਜੋਏ ਕਰਦੇ ਨੇ, ਮੈਂ ਕਿਹਾ ਪੂਰਾ ਬੱਚੇ ਖੁਸ਼ ਹੋ ਕੇ ਜਾ ਰਹੇ ਆ। ਦੇਖੋ ਕਿਸ ਤਰ੍ਹਾਂ ਗੱਡੀ ਘੁੰਮ ਰਹੀ ਹੈ, ਚਲੋ चलता रिमोट नाल देहा, पर बच्चों को ये लगता है कि मैं ही चला रहा, अगर खुश होके जा रहे हैं बच्चे, एंजॉय होंगे, जे बच्चे खुश है आपा खुश है। सही गल, बहुत बढ़िया, बहुत बढ़िया। और थोड़ी भी थोड़े बच्चों तो प्रेम करते हो, बच्चों को लियाओ, आप भी इंजॉय करो, बच्चों को भी करो, और बहुत बढ़िया नजारा आ रहा है। धन्यवाद छोटा भी है जेडे चैनल राही तुसी पूरे खन्ना वासियों को दस रहे हो, धन्यवाद थोड़ा कर रहे हैं, थोड़े चैनल का कर रहे हैं कि जेड़ा तुसी इतना बढ़िया उपराला कर रहे हो, थोड़े लिए भी थैंक्स है। लो नशी लाला करा हूं, मैंने पेट करी है नहीं, 10 मिनट में पेट करी है नाल खड़ के। हां जी नशी कितना लगे रहे हैं? इंडियन कार्निवाल जिहड़ा पिछले साल भी उतो 2 साल पहला इन्हां दा उरे आए सी कार्निवाल मेला, उस बार भी बच्चों ने बड़ा इंजॉय किया, इस बार भी बच्चे जिहड़ा अगे नालों बड़ा जिहड़ा झूले ने वड्डे ने देखण नूं, बहुत बच्चे इंजॉय कर रहे ने,
बच्चे तो समाते रोज कहते भी पापा चलो भी आप इंडियन कारीवाल शाम को चलीए जा खाना खा लिया भी झूले ले आइए नाले शॉपिंग कर लेंगे बच्चे जो काफी भी लेंगे इंजॉयमेंट भी करते हैं बच्चे जाने जो आके बड़ा वधिया लगता इंजॉय करते हाँ बचपन चेते आ गया और आगे सही गल आई बच्चों भी अच्छे बैठीए शिप से बैठीए होर बड़े बड़े जिन्हें भी झूले ने सारे बच्चे रोज इंजॉय करते हैं जी झूले लिए बच्चों को बहुत शौक आ इंजॉय करने का आप शहर निवासियों की कहना चाहते शहर निवासियों यही कहना चाहते भी इंडियन कार्निवाल आओ तो जोड़ा मेला है बहुत वधिया इतने शॉपिंग भी आ इंडियन कार्निवाल जोड़ा मेला ये बड़े बड़े झूले ऐड भी देखने मिल रहे हैं शॉपिंग मॉल ने रेस्पी खाने छोटे बच्चों ने भी इन्हों को गड्डी होर सिस्टम सारा वधिया प्रोवाइड किया हुआ इन्होंने अपन बहुत वधिया लगे भी खन्ना पासियां भी कहने भी उरे आओ एक बार जरूर एक बार इंडियन कार्निवाल आओ इन्हों मौका दो सारे धन्यवाद जय बेटा की नाम कृष्णा कि लगे अपनी करता करता भी जेड़े चैनल से पाने दोनों पैन ठीक है। देख सकते मेले के रौनक लगिया हुई इधर गिलास निशाना दिल्ली का काम खराब हुआ दिल्ली मेले लगे G20 करके सब कुछ बंद है दुकाना तक बंद है ਜਾਣਦਾ ਤੂੰ ਮੈਨੂੰ ਬਲਾਉ ਨੂੰ ਯਾਰ ਚਿੱਟਾ ਡੌਪ ਨੂੰ ਬਲਾਉ ਦੇ ਲਿਆ ਚਿੱਟਾ ਡੌਪ ਨੂੰ ਤੇਰੇ ਨਾਲ ਮੈਂ ਨਾਲ ਮਾਰਾਂ ਉਹ ਐਸੀ ਗੱਲ ਨਹੀਂ ਮੇਰੇ ਤੋਂ ਸਾਹ ਨਹੀਂ ਲਿਆ ਯਾਰ ਤੇ ਬਰਾਂਡ ਨਾਲ ਦੇਖ ਕੇ ਬੇਹੋਸ਼ ਹੋ ਗਿਆ ਕਿ ਅੱਜ ਝੂਲੇ ਜੋ ਕੇ ਉਹ ਟੁੱਟਣੀ ਐਂਜੋਏ ਕਰਦੇ ਆ ਯਾਰ ਮੁੰਡੇ ਆਜੋ
ਹਾਂ ਮਿੱਤਰ ਕੀ ਨਾਮ ਤੇਰਾ ਸਾਹਿਲ ਹੈ ਮੇਰਾ ਨਾਮ ਸਾਹਿਲ ਸਾਹਿਲ ਕਿੱਦਾਂ ਲੱਗਿਆ ਸਾਹਿਲ ਤੈਨੂੰ ਬਹੁਤ ਸਵਾਦ ਆ ਗਿਆ ਵੀਰੇ ਪਰ ਉੱਪਰ ਨਾ ਕੋਈ ਖੜੇ ਜਾ ਕੇ ਸਭ ਤੋਂ ਉੱਪਰ ਹਾਂ रखना पैंदा जे अपना लक बनाया फिर लक दा लोक ला के जे ना बैठीए तां बंदा गिर जूगा ए रिस्की है जेड़ा उपर बैठदा आ न्याणे निक्के वाले नीचे बहने चाहिए ਬਹੁਤ ਵਧੀਆ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ।